ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਹਰਜਿੰਦਰ ਸਿੰਘ ਸਰਨਾ ਵੱਲੋਂ ਇੱਕ ਨਿੱਜੀ ਨਿਊਜ਼ ਏਜੰਸੀ ਦੇ ਪੱਤਰਕਾਰ ਨਾਲ ਬੁਰਾ ਵਰਤਾਓ ਕਰਨ ਦੀ ਨਿੰਦਿਆ ਕਰਦਿਆਂ ਕਿਹਾ ਹੈ ਕਿ ਸਰਨਾ ISI ਨਾਲ ਸੰਬੰਧ ਰੱਖਦੇ ਨੇ ਤੇ ਪਾਕਿਸਤਾਨ ਆਉਂਦੇ ਜਾਂਦੇ ਰਹਿੰਦੇ ਨੇ। ਸੀ ਜਿਹੜਾ ਸਰਨਾ ਨਾ, ਮੈਂ ਤੁਹਾਨੂੰ ਸਹੀ ਦੱਸਾਂ, ISI ਏਜੰਟ ਹੈ, ਇਹਦਾ ਪਾਕਿਸਤਾਨ ਨਾਲ ਪੂਰਾ ਲਿੰਕ ਹੈ, ਆ ਰੋਜ਼ ਪਾਕਿਸਤਾਨ ਜਾਂਦਾ ਹੈ, ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਉਹਨਾਂ ਨੇ ਕਾਂਗਰਸੀ ਨੇਤਾ GS ਬਾਲੀ ਵੱਲੋਂ ਕਾਂਗਰਸ ਤੋਂ ਅਸਤੀਫਾ ਦੇਣ ਤੇ ਕਿਹਾ ਕਿ ਹੌਲੀ ਹੌਲੀ ਸਾਰੇ ਹੀ ਕਾਂਗਰਸ ਨੂੰ ਛੱਡ ਦੇਣਗੇ। ਹੌਲੀ 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 ਸਾਰੇ ਨੇ ਅਸਤੀਫਾ ਦੇ ਦੇਣਾ, ਕਾਂਗਰਸ ਨੇ ਕੰਮ ਕੀ ਕੈਪਟਨ ਨੇ ਕੀਤਾ ਨਹੀਂ, ਡੱਕਾ ਤੋੜਿਆ ਨਹੀਂ। ਸੁਖਬੀਰ ਬਾਦਲ ਗਿੱਲ ਵਿਧਾਨ ਸਭਾ ਖੇਤਰ ਚ ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਕ ਵੱਲੋਂ ਆਯੋਜਿਤ ਕੀਤੀ ਗਈ ਵਰਕਰ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਬਾਅਦ ਉਹਨਾਂ ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਤਰਲੋਚਨ ਸਿੰਘ ਸਫਰੀ ਨੂੰ ਵੀ ਪਾਰਟੀ ਵਿੱਚ ਸ਼ਾਮਿਲ ਕੀਤਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।